ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਅਦ ਵੀ ਬੜੇ ਦੁੱਖ ਦੀ ਗੱਲ ਹੈ ਕਿ ਗਰੀਬ ਲੋਕਾਂ ਨੂੰ, ਆਮ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਰਾਸ਼ਨ ਦੀਆਂ ਦੁਕਾਨਾਂ 'ਤੇ, ਡੀਪੂਆਂ 'ਤੇ ਲਾਈਨਾਂ 'ਚ ਖੜਨਾ ਪੈਂਦਾ, ਲੰਬੀਆਂ ਲੰਬੀਆਂ ਲਾਈਨਾਂ 'ਚ ਖੜਨਾ ਪੈਂਦਾ। ਜਦਕਿ ਦੂਜੇ ਪਾਸੇ ਇੰਨਾ ਡਿਜੀਟਲ ਹੋ ਗਈ ਹੈ ਦੁਨੀਆ ਕਿ ਇੱਕ ਫੋਨ 'ਤੇ ਕੋਈ ਵੀ ਚੀਜ਼ ਔਡਰ ਕਰੋ, ਉਹ ਤੁਹਾਡੇ ਘਰ ਡਿਲੀਵਰ ਕਰ ਦਿੱਤੀ ਜਾਂਦੀ ਹੈ, ਤੁਹਾਡੇ ਤੱਕ ਪਹੁੰਚਾ ਦਿੱਤੀ ਜਾਂਦੀ ਹੈ। ਔਰ ਕਈ ਵਾਰੀ ਤਾਂ ਗਰੀਬ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਦਿਹਾੜੀ ਛੱਡਣੀ ਪੈ ਜਾਂਦੀ ਹੈ। ਸੋਚੋ, ਜਿਹੜਾ ਬੰਦਾ ਹੈਂਡ ਟੂ ਮਾਊਥ ਹੈ, ਜਿਹੜਾ ਉਸੇ ਦਿਨ ਹੀ ਕਮਾਉਂਦਾ, ਉਸੇ ਦਿਨ ਹੀ ਖਾਂਦਾ, ਉਹਨੂੰ ਜੇ ਆਪਣੇ ਹਿੱਸੇ ਦਾ ਹੱਕ ਬਣਦਿਆ ਜਿਹੜਾ ਰਾਸ਼ਨ ਹੈ ਉਹ ਲੈਣ ਵਾਸਤੇ ਦਿਹਾੜੀ ਛੱਡਣੀ ਪਵੇ ਤਾਂ ਕਿੰਨਾ ਦੁੱਖ ਹੁੰਦਾ ਹੋਊ ਉਹਨੂੰ, ਕਿੰਨੀ ਗਲਤ ਗੱਲ ਹੈ। ਔਰ ਮੈਂ ਬਜ਼ੁਰਗ ਮਾਵਾਂ ਨੂੰ ਵੀ ਜਾਣਦਾ ਜਿਹੜੀਆਂ 2-2 ਕਿਲੋਮੀਟਰ ਰਾਸ਼ਨ ਡੀਪੂ ਤੋਂ ਆਪਣਾ ਰਾਸ਼ਨ ਲੈ ਕੇ ਆਉਂਦੀਆਂ ਨੇ, ਫਿਰ ਉਸ ਕਣਕ 'ਚੋਂ ਰੋੜ ਚੁਗਣੇ ਨੇ, ਦਾਲ 'ਚੋਂ ਰੋੜ ਚੁਗਣੇ ਨੇ, ਕਣਕ ਦੀ ਹਾਲਤ ਜਿਹੜੀ ਹੈ ਉਹ ਖਾਣ ਯੋਗ ਨਹੀਂ ਹੁੰਦੀ ਕਈ ਵਾਰੀ, ਪਰ ਖਾਣੀ ਪੈਂਦੀ ਹੈ। ਸੋ ਇਹਨਾਂ ਗੱਲਾਂ ਤੋਂ ਹੁਣ ਛੁਟਕਾਰਾ ਹੋਊਗਾ। ਅੱਜ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਹਿਣ ਲਈ ਆਇਆ ਕਿ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ, ਆਮ ਆਦਮੀ ਪਾਰਟੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਵਾਂਗੇ। ਡੋਰ ਸਟੈਪ ਡਿਲੀਵਰੀ ਆਫ ਰਾਸ਼ਨ, ਯਾਨੀ ਕਿ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ। ਵਧੀਆ ਸਾਫ਼ ਬੋਰੀਆਂ 'ਚ ਸਾਫ਼ ਖਾਣ ਯੋਗ ਆਟਾ ਜਾਂ ਕਣਕ ਜਾਂ ਦਾਲ ਉਹ ਤੁਹਾਡੇ ਘਰ ਪਹੁੰਚੂਗੀ, ਔਰ ਤੁਹਾਨੂੰ ਦਿਹਾੜੀ ਛੱਡਣ ਦੀ ਲੋੜ ਨਹੀਂ ਪੈਣੀ, ਤੁਹਾਨੂੰ ਕਿਸੇ ਲਾਈਨ 'ਚ ਲੱਗਣ ਦੀ ਲੋੜ ਨਹੀਂ ਪੈਣੀ। ਹਾਂ, ਸਾਡੇ ਅਫਸਰ ਇਹ ਵੀ ਪੁੱਛਣਗੇ ਤੁਹਾਨੂੰ ਫੋਨ ਕਰਕੇ ਕਿ ਤੁਸੀਂ ਘਰ ਆਓ, ਕਿੰਨੇ ਵਜੇ ਘਰ ਆਓ, ਤਾਂ ਤੁਹਾਨੂੰ 9 ਵਜੇ ਤੁਹਾਡੇ ਹਿੱਸੇ ਦਾ ਬਣਦਾ ਰਾਸ਼ਨ ਮਿਲ ਜੂਗਾ। ਔਰ ਇਹ ਜਿਹੜੀ ਸਕੀਮ ਹੈ ਇਹ ਬਿਲਕੁਲ ਆਪਸ਼ਨਲ ਹੈ, ਯਾਨੀ ਕਿ ਤੁਸੀਂ ਚੁਣ ਸਕਦੇ ਹੋ। ਜੇ ਰਾਸ਼ਨ ਡੀਪੂ ਤੁਹਾਡੇ ਬਿਲਕੁਲ ਨੇੜੇ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਕੋਈ ਸਮੱਸਿਆ ਨਹੀਂ, ਮੈਂ ਰਾਸ਼ਨ ਡੀਪੂ ਤੋਂ ਆਪਣਾ ਜਿਹੜਾ ਹਿੱਸੇ ਦਾ ਰਾਸ਼ਨ ਲੈ ਕੇ ਆ ਸਕਦਾ, ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਅਤੇ ਰਾਸ਼ਨ ਡੀਪੂ 'ਤੇ ਕੋਈ ਤੋਲ, ਕੋਈ ਨਾਪ 'ਚ ਕੋਈ ਕਮੀ ਹੈ ਉਹਦੇ ਬਾਰੇ ਸਾਨੂੰ ਦੱਸਿਓ। ਸੋ ਇਸ ਸਕੀਮ ਨਾਲ ਤੁਹਾਡਾ ਬਣਦਾ ਹੱਕ ਤੁਹਾਡੇ ਦੇਹਲੀ 'ਤੇ, ਤੁਹਾਡੇ ਡੋਰ 'ਤੇ, ਤੁਹਾਡੇ ਦਰਵਾਜ਼ੇ 'ਤੇ ਤੁਹਾਨੂੰ ਮਿਲੇਗਾ। ਹਾਂ, ਇਹ ਸਕੀਮ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਨੇ ਲਾਗੂ ਕੀਤੀ ਸੀ, ਪਰ ਬਦਕਿਸਮਤੀ ਨਾਲ ਉੱਥੇ ਇਸ ਸਕੀਮ ਨੂੰ ਰੋਕ ਦਿੱਤਾ ਗਿਆ ਕਿ ਨਹੀਂ ਜੀ, ਤੁਸੀਂ ਇੱਦਾਂ ਨਹੀਂ ਕਰ ਸਕਦੇ, ਲੋਕਾਂ ਨੂੰ ਤਾਂ ਲਾਈਨਾਂ 'ਚ ਹੀ ਲਾਉਣਾ ਚਾਹੀਦਾ। ਸੋ ਪੰਜਾਬ ਦੇ ਵਿੱਚ ਅਸੀਂ ਇਹ ਸਕੀਮ ਜਿਹੜੀ ਹੈ ਉਹ ਲਾਗੂ ਕਰਨ ਲੱਗੇ ਹਾਂ, ਔਰ ਕਾਮਯਾਬ ਕਰਕੇ ਵੀ ਦਿਖਾਵਾਂਗੇ, ਕਿਉਂਕਿ ਸਰਕਾਰਾਂ ਲੋਕਾਂ ਵਾਸਤੇ ਹੁੰਦੀਆਂ ਨੇ, ਸਰਕਾਰਾਂ ਨੂੰ ਲੋਕ ਚੁਣਦੇ ਨੇ, ਤਾਂ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਹੋਣੀਆਂ ਚਾਹੀਦੀਆਂ ਨੇ, ਨਾ ਕਿ ਸਰਕਾਰਾਂ ਲੋਕਾਂ ਨੂੰ ਤੰਗ ਕਰਨ, ਪਰੇਸ਼ਾਨ ਕਰਨ ਜਾਂ ਮੁਸ਼ਕਲਾਂ ਉਹਨਾਂ ਵਾਸਤੇ ਖੜੀਆਂ ਕਰਨ ਲਈ। ਅੱਜ ਇਹ ਫੈਸਲਾ ਹੋਇਆ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸਾਰੀ ਡਿਟੇਲ ਤੁਹਾਨੂੰ ਮਿਲ ਜੂਗੀ ਵਿਸਥਾਰ ਸਹਿਤ ਕਿ ਕਿਵੇਂ ਇਹ ਲਾਗੂ ਹੋਊਗਾ। ਤੁਹਾਨੂੰ ਰਾਸ਼ਨ ਬਿਲਕੁਲ ਸਾਫ਼ ਸੁਥਰਾ, ਸਾਫ਼ ਸੁਥਰੀਆਂ ਬੋਰੀਆਂ 'ਚ, ਔਰ ਕੋਈ ਉਹਦੇ ਵਿੱਚੋਂ ਕਣਕ 'ਚੋਂ ਰੋੜ ਜਾਂ ਮੂੰਗੀ 'ਚੋਂ ਜਾਂ ਕਿਸੇ ਹੋਰ ਰਾਸ਼ਨ ਦੀ ਜੋ ਵੀ ਵਸਤੂ ਹੈ ਉਹਦੇ 'ਚੋਂ ਕੋਈ ਸੁਸਰੀਆਂ ਜਾਂ ਰੋੜ ਚੁਗਣ ਦੀ ਲੋੜ ਨਹੀਂ ਪੈਣੀ। ਖਾਣ ਯੋਗ ਜੋ ਆਮ ਲੋਕ ਖਾਂਦੇ ਨੇ, ਜੋ ਅਮੀਰ ਲੋਕ ਖਾਂਦੇ ਨੇ, ਬਿਲਕੁਲ ਉਹੋ ਜਿਹੀ ਆਟਾ, ਉਹੋ ਜਿਹੀ ਦਾਲ, ਉਹੋ ਜਿਹੀ ਮੂੰਗੀ ਤੁਹਾਨੂੰ ਮਿਲੇਗੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸਾਰੀ ਡਿਟੇਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਊਗੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਇਨਕਲਾਬ ਜ਼ਿੰਦਾਬਾਦ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ, ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।